ਐਫੋਨ ਇੱਕ ਐਸਾ ਯੰਤਰ ਹੈ, ਇਹਨੂੰ ਤੁਸੀਂ ਇੱਕ ਵਾਰੀ ਫੜ ਲਓ ਔਰ ਇਹਨੂੰ ਦੇਖਣਾ ਸ਼ੁਰੂ ਕਰੋ। ਯੂਟਿਊਬ ਖੋਲ੍ਹੋ, ਫੇਸਬੁੱਕ ਖੋਲ੍ਹੋ, ਤੁਸੀਂ 2 ਘੰਟੇ ਕੁਛ ਨਾ ਕੁਛ ਲੱਭਦੇ ਜਾਓਗੇ 2 ਕਿ 3 ਘੰਟੇ। ਇਸ ਸੰਸਾਰ ਵਿੱਚ ਐਸੇ ਲੋਕ ਨੇ ਜੋ ਪੂਰੀ ਰਾਤ ਜਿਨ੍ਹਾਂ ਦੀ ਇਵੇਂ ਬੀਤ ਜਾਂਦੀ। ਇਹਦਾ ਪੁੱਸ ਜਿਹੜਾ ਹੈ ਨਾ, ਪੁੱਸ ਜਿਵੇਂ ਕਹਿੰਦੇ ਪੰਜਾਬੀ 'ਚ, ਇੱਕ ਨਸ਼ੇ ਨਾਲੋਂ ਵੀ ਮਾੜਾ ਹੈ। ਬੋਲੋ ਕੀ ਹੈ ਇਹਦਾ ਪੁੱਸ, ਸਮਝਦੇ ਆ? ਇਹਦੀ ਜੋ ਆਦਤ ਆ ਬਹੁਤ ਹੀ ਮਾੜੀ ਹੈ। ਔਰ ਇਹ ਯੰਤਰ ਸਾਡੇ ਲਈ ਬੜੇ ਫਾਇਦੇ ਦਾ ਵੀ ਔਰ ਨੁਕਸਾਨ ਦਾ ਵੀ ਹੈ। ਬੋਲੋ ਕੀ ਹੈ? ਬੜੇ ਫਾਇਦੇ ਦਾ ਔਰ ਨੁਕਸਾਨ ਦਾ ਵੀ ਹੈ। ਪਰ ਚੁਣਨਾ ਅਸੀਂ ਹਾਂ ਕਿ ਅਸੀਂ ਇਹ ਤੋਂ ਨੁਕਸਾਨ ਆਪਣੇ ਜੀਵਨ ਦਾ ਕਰਾਉਣਾ ਕਿ ਫਾਇਦਾ ਕਰਾਉਣਾ ਹੈ। ਬੋਲੋ ਕੀ ਹੈ? ਫਾਇਦਾ ਕਰਾਉਣਾ ਹੈ। ਕਿਉਂਕਿ ਜਦੋਂ ਅਸੀਂ ਇਹਨੂੰ ਖੋਲ੍ਹਦੇ ਹਾਂ, ਖਾਸ ਕਰਕੇ ਫੇਸਬੁੱਕ ਦੇ ਉੱਪਰ, ਤੁਹਾਨੂੰ ਐਸੀਆਂ ਵੀਡੀਓਸ ਆਉਣਗੀਆਂ, ਐਸੀਆਂ ਪਿਕਚਰਸ ਫੋਟੋਸ ਨਜ਼ਰ ਆਉਣਗੀਆਂ, ਬੜੀਆਂ ਹੀ ਅਸ਼ਲੀਲ ਅਤੇ ਗੰਦੀਆਂ ਪਿਕਚਰਸ ਵੀਡੀਓ। ਪਰ ਕਦੀ ਕਦੀ ਜਦੋਂ ਇਨਸਾਨ ਉੱਤੇ ਮਨ ਲਗਾ ਲੈਂਦਾ ਆ, ਫਿਰ ਉਹਦਾ ਮਨ ਲੱਗਿਆ ਹੀ ਰਹਿੰਦਾ, ਕਿਉਂਕਿ ਬੁਰਿਆਈ ਦਾ ਵਚਨ ਜਿਹੜਾ ਬੜੀ ਜਲਦੀ ਕਰਦਾ ਆ, ਪਰ ਅਸ਼ਿਆਈ ਦਾ ਧੀਰੇ ਧੀਰੇ ਕਰਦਾ ਹੈ। ਬੋਲੋ ਕੀ ਹੈ? ਬੁਰਿਆਈ ਦਾ ਜੋ ਵਚਨ ਆ, ਬੁਰਿਆਈ ਦੀ ਚੀਜ਼ ਹੈ, ਬੜੀ ਜਲਦੀ ਕਰਦੀ ਹੈ। ਸਮਝ ਆ ਰਹੀ ਹੈ? ਸੋ ਇਸ ਲਈ ਇਹ ਯੰਤਰ ਸਾਡੇ ਫਾਇਦੇ ਦੇ ਲਈ ਵੀ ਆ, ਨੁਕਸਾਨ ਦੇ ਵੀ ਆ। ਅਬ ਚੁਣਨਾ ਤੁਸੀਂ ਹੈ, ਇੱਥੋਂ ਤੁਸੀਂ ਫਾਇਦਾ ਲੈਣਾ ਹੈ ਕਿ ਆਪਣੇ ਜੀਵਨ ਦਾ ਨੁਕਸਾਨ ਕਰਾਉਣਾ ਹੈ, ਆਪਣੇ ਜੀਵਨ ਦਾ ਸਮਾਂ ਬਚਾਉਣਾ ਆ, ਇੱਕ ਅੱਛੇ ਭਲੇ ਕੰਮਾਂ 'ਚ ਲਗਾਉਣਾ ਹੈ ਕਿ ਵੇਸਟ ਕਰਨਾ ਹੈ। ਬੋਲੋ ਕੀ ਹੈ? ਇਹ ਤੁਸੀਂ ਤੈਅ ਕਰਨਾ ਹੈ। ਬੋਲੋ ਕੀ ਹੈ? ਤੁਸੀਂ ਤੈਅ ਕਰਨਾ ਹੈ।